ਸਾਨੂੰ ਆਪਣੀ ਜ਼ਿੰਦਗੀ ਵਿੱਚ ਉੱਥੇ ਜਾਣ ਦਾ ਸੁਭਾਗ ਮਿਲਿਆ। ਉਸ ਤੋਂ ਬਾਅਦ ਅੱਜ ਅਸੀਂ ਗੁਰੂਆਂ ਪੀਰਾਂ ਦੀ ਆਪਣੀ ਧਰਤੀ, ਸਾਡੀ ਜਨਮ ਭੂਮੀ ਪੰਜਾਬ ਦੇ ਵਿੱਚ ਪਹੁੰਚੇ ਹਾਂ ਅਤੇ ਹੁਣ ਇਸ ਤੋਂ ਬਾਅਦ ਅਸੀਂ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਨਤਮਸਤਕ ਸਿੱਖੀ ਦਾ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੰਦੇਸ਼ ਬਖਸ਼ਿਆ ਜੀ, ਉਸਦੀ ਅਸੀਂ ਜਿੰਨੀ ਮਰਜ਼ੀ ਵਿਆਖਿਆ ਕਰ ਲਈਏ, ਜਿੰਨਾ ਮਰਜ਼ੀ ਵਿਸਥਾਰ ਕਰ ਲਈਏ, ਪਰ ਜੋ ਸਾਨੂੰ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਨੇ ਤਿੰਨ ਮੁੱਖ ਉਪਦੇਸ਼ ਦਿੱਤੇ ਨੇ ਸਿੱਖੀ ਦੇ, ਜੋ ਪਿਲਰ ਕਹਿ ਸਕਦੇ ਹਾਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਸੀਂ ਉਹਦਾ ਸੰਦੇਸ਼ ਦਿੰਦੇ ਆਏ ਹਾਂ ਜੀ। ਮੁਹੱਬਤ ਦੀ ਗੱਲ ਕੀਤੀ ਹੈ ਦੁਨੀਆ ਦੇ ਕੋਨੇ ਕੋਨੇ ਵਿੱਚ, ਅਸੀਂ ਅੰਮ੍ਰਿਤ ਦੀ ਗੱਲ ਕੀਤੀ ਹੈ ਜੀ, ਜੋ ਕਿ ਸਾਨੂੰ ਗੁਰੂ ਨਾਨਕ ਮਹਾਰਾਜ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਪਦੇਸ਼ ਬਖਸ਼ਿਆ। ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਹੋ, ਜੋ ਕਿ ਖਾਲਸਾ ਏਡ ਦਾ ਮੁੱਖ ਮੋਟਿਵ ਵੀ ਹੈ, ਅਸੀਂ ਉਹਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ ਅਤੇ ਜਿੱਥੇ ਵੀ ਸਾਨੂੰ ਸਮਾਂ ਬਣਿਆ, ਜਿੱਥੇ ਵੀ ਮੌਕਾ ਬਣਿਆ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਉਹਦਾ ਪ੍ਰਚਾਰ ਕਰਨ ਦਾ ਉਪਰਾਲਾ ਕੀਤਾ। ਪਾਕਿਸਤਾਨ 'ਚ ਕੋਈ ਮੁਸ਼ਕਲ ਨਹੀਂ ਆਈ? ਨਹੀਂ ਜੀ, ਬਿਲਕੁਲ ਨਹੀਂ। ਪਾਕਿਸਤਾਨ ਵਿੱਚ ਜਿਸ ਦੇ ਤੋਂ ਦਾਖਲ ਹੋਏ ਹਾਂ, ਇੰਨਾ ਸਤਿਕਾਰ, ਇੰਨਾ ਮਾਣ ਸਾਨੂੰ ਮਿਲਿਆ ਜੀ। ਸਰਦਾਰ ਜੀ ਤੋਂ ਬਿਨਾਂ ਸਾਨੂੰ ਕਿਸੇ ਨੇ ਬੁਲਾਇਆ ਨਹੀਂ, ਸਾਨੂੰ ਉਹਨਾਂ ਨੇ ਆਪਣੇ ਮਹਿਮਾਨ ਸਮਝਿਆ। ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉੱਥੋਂ ਦੀ ਗਵਰਨਮੈਂਟ ਵੱਲੋਂ, ਡਿਪਾਰਟਮੈਂਟਸ ਵੱਲੋਂ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਰਹਿਣ ਦਾ, ਸਾਡੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ, ਉਹਨਾਂ ਦੇ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ। ਕਿੰਨੇ ਦਿਨ ਦਾ ਵੀਜ਼ਾ ਜੀ? ਕਿੱਥੋਂ ਦਾ? ਹਾਂਜੀ, ਸਾਡੀਆਂ 22 ਕੰਟਰੀਜ਼ ਟੋਟਲ ਵਰਲਡ ਟੂਰ ਦੇ ਦੌਰਾਨ ਤੈਅ ਕਰਕੇ ਆਏ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਪ੍ਰੀਤ ਸਿੰਘ ਆਪਣੇ ਸਮੂਹ ਰਾਈਡਰ ਪਰਿਵਾਰ ਨਾਲ, ਅੰਮ੍ਰਿਤਸਰ ਰਾਈਡਰ ਅੰਮ੍ਰਿਤਸਰ ਤੋਂ ਹੀ ਹਾਂ ਅਸੀਂ ਸਾਰੇ ਜਾਣੇ, ਅਤੇ ਅਸੀਂ ਬੜੀ ਬੇਸਬਰੀ ਨਾਲ ਸਵੇਰ ਤੋਂ ਇੰਤਜ਼ਾਰ ਕਰ ਰਹੇ ਹਾਂ ਆਪਣੇ ਰਾਈਡਰ ਭਰਾਵਾਂ ਦਾ, ਜੋ ਗੁਰਸਿੱਖ ਵੀਰ ਕੈਨੇਡਾ ਤੋਂ ਚੱਲ ਕੇ ਆਪਣੀ ਇੰਡੀਆ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ, ਅਤੇ ਉਹ ਇੱਕ ਪ੍ਰਮੋਸ਼ਨ ਵਾਸਤੇ ਨਿਕਲੇ ਹੋਏ ਨੇ, ਦਸਤਾਰ ਦੀ ਪ੍ਰਮੋਸ਼ਨ ਕਰ ਰਹੇ ਨੇ। ਤਕਰੀਬਨ 22 ਕੰਟਰੀਜ਼ ਪਾਸ ਆਊਟ ਕਰਕੇ ਉਹ ਇੰਡੀਆ ਪਹੁੰਚੇ ਨੇ, ਅਤੇ ਕੁਛ ਹੀ ਪਲਾਂ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਹੋਏਗੀ। ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਵੀਰਾਂ ਦਾ। ਦੂਸਰਾ, ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਵਾਸਤੇ, ਸਿੱਖੀ ਦੀ ਖੁਸ਼ਬੂਈ ਨੂੰ ਵਿਸ਼ਵ 'ਚ ਵੰਡਣ ਵਾਸਤੇ ਇਹਨਾਂ ਦੇ ਵਿਸ਼ਵ ਯਾਤਰਾ ਦੇ ਨਾਲ, ਦੁਨੀਆ ਦੇ ਵਿੱਚ ਇਹ ਜਿਹੜੇ 22 ਦੇਸ਼ਾਂ ਦੀ ਇਹਨਾਂ ਨੇ ਯਾਤਰਾ ਕੀਤੀ ਹੈ, ਇਹਨਾਂ ਦੇਸ਼ਾਂ ਦੇ ਵਿੱਚ ਇੱਕ ਕੁਐਸਚਨ ਪੈਦਾ ਹੋਇਆ ਕਿ ਇਹ 6 ਨੌਜਵਾਨ ਦਸਤਾਰਾਂ ਵਾਲੇ ਕੌਣ ਨੇ, ਅਤੇ ਜਦੋਂ ਉਹਦਾ ਉੱਤਰ ਮਿਲਦਾ ਵਾ ਤਾਂ ਇਹਦੇ ਨਾਲ ਸਿੱਖੀ ਦੀ ਜਿਹੜੀ ਪਹਿਚਾਣ ਆ, ਸਿੱਖੀ ਦਾ ਸਰੂਪ ਆ, ਸਿੱਖੀ ਦੀ ਵਿਲੱਖਣ ਹੋਂਦ ਦੱਸਦੀ ਆ, ਉਹਦੀ ਗੱਲ ਦੁਨੀਆ ਭਰ ਵਿੱਚ ਗਈ ਆ। ਮੈਂ ਇਹਨਾਂ ਨੌਜਵਾਨਾਂ ਨੂੰ ਵਧਾਈ ਵੀ ਦਿੰਦਾ ਕਿ ਇਹਨਾਂ ਨੇ ਬਹੁਤ ਵੱਡੀ ਘਾਲਣਾ ਘਾਲ ਕੇ, ਕਿਉਂਕਿ 22 ਦੇਸ਼ਾਂ ਦਾ ਸਫ਼ਰ ਕਰਦਿਆਂ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ, 22 ਦੇਸ਼ਾਂ ਦੀਆਂ ਸਰਹੱਦਾਂ 'ਚ ਐਂਟਰ ਕਰਨਾ, ਫਿਰ ਵਾਪਸ ਆਉਣਾ, ਫਿਰ ਮੌਸਮਾਂ ਦੇ ਨਾਲ ਜੂਝਣਾ ਪਿਆ। ਉਹ ਜੂਝਦੇ ਹੋਏ ਨੌਜਵਾਨ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ। ਇਹਨਾਂ ਦਾ ਮੰਤਵ ਇੱਕ ਹੋਰ ਵੀ ਆ ਕਿ ਜਿਹੜੀ ਖਾਲਸਾ ਏਡ ਜਥੇਬੰਦੀ ਆ, ਜਿਹੜੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਨੈਚੁਰਲ ਕਲਾਈਮਿਟੀ ਆਉਂਦੀ ਆ, ਉੱਥੇ ਸਹਾਇਤਾ ਲਈ ਪਹੁੰਚਦੇ ਨੇ, ਉਹ ਮਾਨਵਤਾ ਦੇ ਭਲੇ ਲਈ ਫੰਡ ਇਕੱਠਾ ਕਰਨਾ, ਅਤੇ ਖਾਲਸਾ ਏਡ ਰਾਹੀਂ ਜਿਹੜੇ ਦੁਖੀ ਲੋਕ ਨੇ, ਪੀੜਤ ਲੋਕ ਨੇ, ਉਹਨਾਂ ਤੱਕ ਉਹ ਸਹਾਇਤਾ ਪਹੁੰਚਾਈ ਜਾ ਸਕੇ। ਤੁਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਖਾਲਸਾ ਏਡ ਵਾਲੇ ਜੇ ਕਿਤੇ ਭੂਚਾਲ ਆ ਜਾਂਦਾ, ਤੂਫਾਨ ਆ ਜਾਂਦਾ, ਲੜਾਈ ਲੱਗ ਜਾਂਦੀ ਆ, ਜਾਂ ਕੋਈ ਬਿਮਾਰੀ ਫੈਲ ਜਾਂਦੀ ਆ, ਤਾਂ ਉੱਥੇ ਪਹੁੰਚ ਕੇ ਸਿੱਖੀ ਸਰੂਪ ਦੇ ਵਿੱਚ ਮਨੁੱਖਤਾ ਦੀ ਸੇਵਾ ਜਿਹੜੀ ਉਹ ਕਰਦੇ ਨੇ। ਇਹ ਸੇਵਾ ਦਾ ਭਾਵਨਾ ਜਿਹੜਾ ਉਹ ਰੈੱਡ ਕ੍ਰਾਸ ਨਾਲ ਵੀ ਉੱਪਰਿਆ, ਕਿਉਂਕਿ ਰੈੱਡ ਕ੍ਰਾਸ ਜਿਹੜੀ ਹੁੰਦੀ ਆ ਆਪਣੇ ਫੌਜੀਆਂ ਵਾਸਤੇ ਹੁੰਦੀ ਆ, ਆਪਣੇ ਦੇਸ਼ ਦੀ ਸਰਕਾਰ ਵਾਸਤੇ ਹੁੰਦੀ ਆ, ਆਪਣੇ ਲੋਕਾਂ ਲਈ ਹੁੰਦੀ ਆ, ਪਰ ਇਹ ਲੋਕ ਬਿਨਾਂ ਆਪਣੇ ਪਰਾਏ ਦੇ, ਦੁਸ਼ਮਣ ਮਿੱਤਰ ਦੇ, ਸਭ ਦੀ ਸੇਵਾ ਕਰਦੇ ਨੇ।